ਪ੍ਰੋਫੈਸ਼ਨਲ ਔਰ ਸਾਡੇ ਕੋਚਸ ਅਜ਼ਰਾਤ ਲਓ ਜ਼ੇਬੀ ਬਾਜਵਾ ਕਬੱਡੀ ਪਾਏਗਾ ਜੀ ਗਿਲਾਨੀ ਸਾਹਿਬ ਜ਼ੇਬੀ ਬਾਜਵਾ ਜੋ ਸੰਗਲਾ ਹਿਲ ਦੀ ਧਰਤੀ ਦਾ ਜਿੱਥੋਂ ਦੇ ਬੜੇ ਬੜੇ ਨਾਮਵਰ ਖਿਡਾਰੀਆਂ ਨੇ ਕਬੱਡੀ ਦੇ ਵਿੱਚ ਬਹੁਤ ਅੱਛਾ ਪਰਫਾਰਮ ਕੀਤਾ ਲਓ ਜ਼ੇਬੀ ਬਾਜਵਾ ਔਰ ਸਾਹਮਣੇ ਉਹਦੇ ਸਖਾਵਤ ਰੰਦਾਵਾ ਜੋ ਪੂਰੀ ਡੱਕ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਨੰਬਰ ਜ਼ੇਬੀ ਬਾਜਵਾ ਦੇ ਹਿੱਸੇ ਸੈਂਟਰਲ ਪੰਜਾਬ ਦੇ ਜੀ ਹਫਜ਼ਮ ਜੱਜ ਸਾਹਿਬ ਜੀ ਗਿਲਾਨੀ ਸਾਹਿਬ ਬਿਲਕੁਲ ਜ਼ੇਬੀ ਬਾਜਵਾ ਅੱਗੇ ਵੱਲ ਵਧਿਆ ਨੌਜਵਾਨ ਹੁਣ ਦੇਖਾਂਗੇ ਸਾਹਮਣੇ ਕਿ ਇਹਨਾਂ ਚਾਰਾਂ ਜਾਪੀਆਂ ਦੇ ਵਿੱਚੋਂ ਕੌਣ ਜਾਪੀ ਹੈ ਜੋ ਡੱਕ ਪਾਉਣ ਦੀ ਕੋਸ਼ਿਸ਼ ਕਰੇਗਾ ਲਓ ਗੁਲਾਮਪਰੀ ਇਹ ਦਫਾ ਇਹ ਨੈਸ਼ਨਲ ਚੈਂਪੀਅਨਸ਼ਿਪ ਜਿੱਤੀ ਅਕਰਮ ਸੀਨੀਅਰ ਅਸलम ਨੂਰੀ ਮਨਜ਼ੂਰ ਮੰਨੂ ਸ਼ਮਸ ਲਤੀਫ ਸਾਈ ਜਬਾਰ ਔਰ ਅਸ਼ਾਦ ਛਾਦੇ ਰੈਂਚ ਜੈਸੇ ਹੁਨਾਰ ਖਿਡਾਰੀ ਸੀ ਇਹਦੇ ਵਿੱਚ ਮੌਜੂਦ ਫਿਰ ਹਲਕਾ ਜਿਹਾ ਝੁਕਿਆ ਔਰ ਕਾਮਯਾਬ ਪ੍ਰਧਾਨ ਕਬੱਡੀ ਖੇਡਨ ਸ਼ੇਰ ਜਵਾਨ ਕਬੱਡੀ ਵੇਖ ਲਾ ਡੋਲੇ ਪੱਟ ਤੇ ਛਾਤੀ ਕਰਦੀ ਡਾਡਾ ਮਾਣ ਕਬੱਡੀ ਇੱਜ਼ਤ ਇੱਜ਼ਤ ਦولت ਸ਼ੋਹਰਤ ਇੱਥੇ ਕੀ ਨਹੀਂ ਕਰਦੀ ਦਾਣ ਕਬੱਡੀ ਕੀ ਨਹੀਂ ਕਰਦੀ ਦਾਣ ਕਬੱਡੀ ਲਓ ਜ਼ੇਬੀ ਬਾਜਵਾ ਆ ਸਾਹਮਣੇ ਉਹ ਇੱਕ ਇਲਾਕੇ ਦੇ ਮੁੰਡੇ ਗੁਲਾਮ ਫਰੀਦ ਟੋਕੇ ਨੇ ਫੜ ਲਨ ਦੀ ਕੋਸ਼ਿਸ਼ ਕੀਤੀ ਲੇਕਿਨ ਨੰਬਰ ਬਹੁਤ ਹੀ ਮਹਿੰਗਾ ਹਰ ਕੋਈ ਚਾਹਦਾ ਕੌਡੀ ਮੈਂ ਖੇਡਾਂ ਹਰ ਕੋਈ ਚਾਹਦਾ ਕੌਡੀ ਮੈਂ ਖੇਡਾਂ ਕਬੱਡੀ ਪਾਰਿਆ ਮੁਹੰਮਦ ਜ਼ੁਹੈਬ ਬਾਜਵਾ ਜ਼ੇਬੀ ਬਾਜਵਾ ਜੀ ਇਹ ਉਸ ਧਰਤੀ ਦਾ ਜੰਪੜ ਗਬਰੂ ਨੌਜਵਾਨ ਹੈ ਜਿੱਥੇ ਮਾਵਾਂ ਦੇ ਸ਼ੇਰ ਪੁੱਤਰ ਜੰਮੇ ਨੇ ਕਹਿੰਦੇ ਰਾਣੇ ਨਈਮ ਬਬਰ ਵਰਗੇ ਔਰ ਪ੍ਰਿੰਸ ਆਫ ਪਾਕਿਸਤਾਨ ਬਾਬਰ ਗੁਜਰ ਵਰਗੇ ਕਬੱਡੀ ਕਹਿੰਦੇ ਜ਼ੇਬੀ ਬਾਜਵੇ ਦੀ ਸਾਹਮਣੇ ਲੱਗ ਗਿਆ ਗੋਰੀ ਮਜ਼ੈਲ ਸ਼ਾਨਾ ਸਿਆਲ ਜੀ ਮਲਕਸਫਦਰ ਜੀ ਜੀ ਕਬੱਡੀ ਪਾਉਣ ਵਾਸਤੇ ਜ਼ੇਬੀ ਬਾਜਵਾ ਸੈਂਟਰਲ ਪੰਜਾਬ ਵੱਲੋਂ ਬੱਗਾ ਨਸ਼ੋ ਪਿੰਡਾ ਮੁੰਡੇ ਦਾ ਕਹਿੰਦਾ ਮੱਥਾ ਲਾ ਕੇ ਅੱਜ ਪਹਾੜਾਂ ਦੇ ਨਾਲ ਮਰਖਣ ਲੱਗਾ ਜੋ ਆਪਣੀ ਕਲਾਜ ਮੈਂ ਸੈਂਟਰਲ ਪੰਜਾਬ ਦੇ ਨਾਲ ਮੇਰਾ ਵਾਸਤਾ ਏ ਉਹਦਾ ਹੱਕ ਹੈ ਕਰਨਾ ਅਦਾਜ ਮੈਂ ਅੱਜ ਨੌਜਵਾਨ ਨੇ ਤੋ ਬਾ ਫੜ ਲਈ ਸ਼ਾਨਾ ਸਿਆਲ ਡੋਰੀ ਮਜ਼ੈਲ ਉਹ ਡਟਾ ਫੜਿਆ ਉਹ ਚਲਾਈਆਂ ਕੀਤੀਆਂ ਪਰ ਨੰਬਰ ਤੇ ਜੱਟ ਦਾ ਨੰਬਰ ਬਾਜਵੇ ਦਾ ਨੰਬਰ ਬਦਿਆ ਜੋ ਪ੍ਰਯਾਸ ਕੀਤਾ ਜਾ ਰਿਹਾ ਖੇਡ ਕਬੱਡੀ ਦਾ ਇਸ ਸਮੇਂ ਖੇਡ ਮੈਦਾਨ ਦੇ ਵਿੱਚ ਸ਼ਾਨਦਾਰ ਨਜ਼ਾਰਾ ਖੇਡ ਕਬੱਡੀ ਦਾ ਲੋ ਦੂਵੇ ਪਾਸੇ ਫਿਰ ਰੇਡ ਲੋ ਆ ਮੁੰਡਾ ਕਬੱਡੀ ਪਾਉਣ ਦੇ ਵਾਸਤੇ ਵੱਧ ਚੁੱਕਾ ਹੈ ਇਸ ਸਮੇਂ ਖੇਡ ਮੈਦਾਨ ਦੇ ਵਿੱਚ ਨੌਜਵਾਨ ਪਾਕਿਸਤਾਨ ਕਬੱਡੀ ਫੈਡਰੇਸ਼ਨ ਐਚੀਸੀ ਦੀ 76ਵੇਂ ਜੋ ਖੇਡਿਆ ਜਾ ਰਿਹਾ ਹੈ ਬਹੁਤ ਸ਼ਾਨਦਾਰ ਖੇਡ ਕਬੱਡੀ ਦਾ ਇਵੈਂਟ ਆ ਨੌਜਵਾਨ ਇਸ ਸਮੇਂ ਖੇਡ ਮੈਦਾਨ ਦੇ ਵਿੱਚ ਜ਼ੇਬੀ ਬਾਜਵਾ ਜ਼ੇਬੀ ਬਾਜਵਾ ਜਿਸ ਸਮੇਂ ਖੇਡ ਮੈਦਾਨ ਦੇ ਵਿੱਚ ਮੁੰਡਾ ਡੱਕਣ ਸਾਹਮਣੇ ਮਾਨੀ ਮੱਲੀ ਜੂ ਡੱਕਣ ਦੀਆਂ ਕਰਦਾ ਹੋਇ ਟਰਾਈਆਂ ਬਾਠਾਂ ਪਿੰਡ ਹੈ ਜੱਟ ਪਰਿਵਾਰ ਦਾ ਮੁੰਡਾ ਮੱਲੀ ਗੋਤ ਪਰ ਪੁਆਇੰਟ ਜ਼ੇਬੀ ਬਾਜਵਾ ਆਪਣੀ ਹਿੱਕ ਦੇ ਜੋੜਦਾ ਹੋਇਆ ਸੋ ਬਹੁਤ ਹੀ ਸ਼ਾਨਦਾਰ ਮੈਚ ਔਰ ਬਹੁਤ ਵਧੀਆ ਸਟਾਈਲ ਦੇ ਨਾਲ ਜੋ ਪਿਆੰਦੀ ਇਹ ਮਾਪਿਆਂ ਦੀ ਪੱਗ ਦਾ ਸ਼ਿਮਲਾ ਉੱਚਾ ਕਰਨ ਵਾਲੇ ਨੌਜਵਾਨ ਅੱਜ ਪਾਕਿਸਤਾਨ ਕਬੱਡੀ ਫੈਡ ਨੇ ਬਹੁਤ ਹੀ ਵਧੀਆ ਵੱਡਾ ਪਲੇਟਫਾਰਮ ਦਿੱਤਾ ਹੈ ਇਹਨਾਂ ਪਲੇਅਰਾਂ ਇਹਨਾਂ ਘਬਰਵਾਂ ਨੂੰ ਜੋ ਆਪਣੇ ਜੋਹਰ ਦਿਖਾ ਰਹੇ ਹੈ ਔਰ ਸਾਹਮਣੇ ਫਿਰ ਉਹ ਅਸਗਰ ਦਾ ਇਸ਼ਾਰਾ ਸਾਡਾ ਜੋ ਅੱਜ ਦਾ ਅਫੀਸ਼ੀਅਲ ਹੈ ਕਿ ਪੁਆਇੰਟ ਰੀਡਰ ਦੇ ਖਾਤੇ ਹੋ ਚੁੱਕਾ ਹੈ ਪੁਆਇੰਟ ਰੀਡਰ ਦੇ ਖਾਤੇ